ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ, ਮੈਂ TV84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੇ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਲਈ ਆਉਣਾ, ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 29 ਅਕਤੂਬਰ 2018 15 ਕੱਤਕ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਤਨਾ ਦੱਸੀਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦੇਣ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, ਰੁਕ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ 'ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮੱਚ, ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਅੱਜ ਇਸ ਹਫ਼ਤੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋਮਵਾਰ ਦਾ ਦਿਨ ਹੈ, ਸੋ ਜੋ ਵੀਕਐਂਡ ਦੀ ਕਾਰਗੁਜ਼ਾਰੀ ਹੈ ਉਸ ਬਾਰੇ ਅਸੀਂ ਤੁਹਾਡੇ ਤੋਂ ਵਿਚਾਰਾਂ ਲਵਾਂਗੇ ਔਰ ਨਾਲ ਹੀ ਜਿਹੜਾ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ ਵੀ ਤੁਹਾਡੇ ਵਿਚਾਰ ਸੁਣਾਂਗੇ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੁੰਦੇ? ਦੇਖੋ, ਜਿਵੇਂ ਅਸੀਂ ਵੀਰਵਾਰ ਥਰਸਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਫਰਾਈਡੇ ਜਿਹੜਾ ਕਿ 26 ਅਕਤੂਬਰ ਦਾ ਦਿਨ ਸੀ ਜੀ, ਇਹ ਇੱਕ ਖਾਸ ਅਹਿਮੀਅਤ ਰੱਖਦਾ ਹੈ, ਖਾਸ ਤੌਰ 'ਤੇ ਕਸ਼ਮੀਰ ਦੇ ਇਤਿਹਾਸ ਦੇ ਵਿੱਚ। ਇਹ ਉਹ ਦਿਨ ਹੈ ਜਦੋਂ ਕਿ 26 ਅਕਤੂਬਰ 1947 ਨੂੰ ਭਾਰਤੀ ਹਕੂਮਤ ਨੇ ਇੱਕ ਪਾਸੇ ਕਸ਼ਮੀਰ ਦੇ ਅੰਦਰ ਫੌਜ ਉਤਾਰੀ, ਦੂਸਰੇ ਪਾਸੇ ਉਹਨਾਂ ਨੇ ਆਪਣੇ ਉਸ ਐਮਿਸਰੀ ਮੇਹਰ ਚੰਦ ਮਹਾਜਨ ਰਾਹੀਂ ਉਸ ਵੇਲੇ ਦੇ ਜੰਮੂ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਉਸ ਦੀ ਬਾਂਹ ਮਰੋੜ ਕੇ ਉਸ ਤੋਂ ਐਕਸੈਸ਼ਨ ਡਾਕੂਮੈਂਟ ਜਿਹਨੂੰ ਕਿਹਾ ਜਾਂਦਾ ਹੈ ਕਿ ਅਸੀਂ ਭਾਰਤ ਦੇ ਨਾਲ ਸ਼ਾਮਿਲ ਹੋ ਰਹੇ ਹਾਂ ਉਸ 'ਤੇ ਦਸਤਖਤ ਕਰਾਏ। ਹਾਲਾਂ ਉਸ ਡਾਕੂਮੈਂਟ ਨੂੰ ਕਦੇ ਕਦੇ ਪਬਲਿਕ ਨਹੀਂ ਕੀਤਾ ਗਿਆ ਔਰ ਹਰੀ ਸਿੰਘ ਵੀ ਉਸ ਤੋਂ ਬਾਅਦ ਕਦੇ ਨਜ਼ਰ ਨਹੀਂ ਆਇਆ ਔਰ ਉਸਦੀ ਬੰਬੇ ਦੇ ਵਿੱਚ ਡੈਥ ਹੋਈ। ਸੋ ਇਹ ਇੱਕ ਮਿਸਟਰੀ ਹੈ ਕਿ ਉਹਦੇ ਨਾਲ ਜਾਂ ਕਿਵੇਂ ਉਹਨੂੰ ਫੋਰਸ ਕੀਤਾ ਗਿਆ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਿਲਕੁਲ ਵਾਇਓਲੇਸ਼ਨ ਸੀ ਉਸ ਸਾਰੇ ਪਾਰਟ ਦੀ, ਜਦੋਂ ਅੰਗਰੇਜ਼ਾਂ ਨੇ ਆਲਮੋਸਟ 2/3 ਭਾਰਤ ਜਿਹੜਾ ਹੈ ਉਸ ਵੇਲੇ ਦਾ ਸਬ ਕੰਟੀਨੈਂਟ ਭਾਰਤ ਔਰ ਪਾਕਿਸਤਾਨ 'ਚ ਵੰਡਿਆ ਅਤੇ 1/3 ਜਿਹਦੇ 'ਤੇ 570 ਦੇ ਕਰੀਬ ਮਹਾਰਾਜੇ ਦੇਸੀ ਰਿਆਸਤਾਂ ਸਨ, ਉਹਨਾਂ ਨੂੰ ਇਹ ਚੋਇਸ ਦਿੱਤੀ ਸੀ ਕਿ ਭਾਈ ਉਹ ਜੋ ਵੀ ਚਾਹਣ, ਭਾਰਤ ਜਾਂ ਪਾਕਿਸਤਾਨ ਜਾਂ ਆਜ਼ਾਦ ਵੀ ਰਹਿਣਾ ਚਾਹਣ ਉਹ ਰਹਿ ਸਕਦੇ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਦੋਨੋਂ ਪਾਸੇ ਹੀ ਪਟੇਲ ਨੇ ਇੱਧਰ ਬਾਂਹ ਮਰੋੜ ਕੇ ਬਹੁਤ ਸਾਰੀਆਂ ਰਿਆਸਤਾਂ ਜ਼ਬਰਦਸਤੀ ਜਿਹੜੀਆਂ ਨੇ, ਜਿਨ੍ਹਾਂ ਦੇ ਵਿੱਚ ਈਵਨ ਫਰੀਦਕੋਟ ਰਿਆਸਤ ਵੀ ਸੀ ਜਿਹੜਾ ਕਿ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਸੀ ਕਿਉਂਕਿ ਉਹਨਾਂ ਨੂੰ ਉੱਧਰਲਾ ਪਾਰਟ ਸੂਟ ਕਰਦਾ ਸੀ, ਔਰ ਸਭ ਤੋਂ ਪਹਿਲਾਂ ਫੌਜ ਉਹਦੇ ਫਰੀਦਕੋਟ ਦੇ ਰਾਜੇ ਦੇ ਮਹਿਲ ਦੇ ਬਾਹਰ ਖੜੀ ਕਰ ਦਿੱਤੀ ਔਰ ਉਹ ਵੀ ਮਜਬੂਰ ਹੋ ਕੇ ਉਹਨੇ ਦਸਤਖਤ ਕੀਤੇ। ਪਟਿਆਲੇ ਵਾਲਿਆਂ ਦਾ ਗੱਦਾਰੀ ਦਾ ਇਤਿਹਾਸ ਹੈ ਕਿਉਂਕਿ ਉਸ ਵੇਲੇ ਦੇ 570 ਜਿਹੜੇ ਮਹਾਰਾਜੇ ਸਨ ਉਹਨਾਂ ਦਾ ਜਿਹੜਾ ਇੱਕ ਹਾਊਸ ਸੀ ਜਿਹਨੂੰ ਚੈਂਬਰ ਆਫ ਪ੍ਰਿੰਸਿਸ ਕਹਿੰਦੇ ਸੀ, ਇਹਦਾ ਪਿਓ ਅਮਰਿੰਦਰ ਦਾ ਯਾਦਵਿੰਦਰ ਉਹਦਾ ਚੇਅਰਮੈਨ ਸੀ ਔਰ ਜਿਸ ਨੂੰ ਉਸ ਚਾਂਸਲਰ ਇਸ ਲਈ ਲਫ਼ਜ਼ ਇਸਤੇਮਾਲ ਹੁੰਦਾ ਸੀ। ਇਹਨੇ ਸਭ ਤੋਂ ਪਹਿਲਾਂ ਆਪਣੀ ਰਿਆਸਤ ਜਿਹੜੀ ਹੈ ਉਹ ਭਾਰਤ ਦੇ ਨਾਲ ਮਰਜ ਕੀਤੀ ਸੀ ਔਰ ਬਾਕੀ ਇੱਕ ਹਿਸਟਰੀ ਹੈ ਕਿ ਕਿਵੇਂ ਹੈਦਰਾਬਾਦ ਜਿਹੜੀ ਕਿ ਵੱਡੀ ਰਿਆਸਤ 2 ਲੱਖ ਸਕੁਅਰ ਕਿਲੋਮੀਟਰ ਤੋਂ ਵੱਡੀ ਉਹਨੂੰ ਕਿਵੇਂ ਸਤੰਬਰ 1948 ਦੇ ਵਿੱਚ ਇੱਕ ਸਾਲ ਉਹ ਲਗਭਗ ਆਜ਼ਾਦ ਰਹੀ ਫਿਰ ਫੌਜ ਭੇਜ ਕੇ ਉਹਦੀ ਜ਼ਬਰਦਸਤੀ ਐਕਸੈਸ਼ਨ ਕੀਤੀ ਕਿਉਂਕਿ ਉਹਦੇ 'ਚ ਵੀ ਇਹਨਾਂ ਦਾ ਆਰਗੂਮੈਂਟ ਸੀ ਕਿ ਜੀ
ਬੇਸ਼ੱਕ ਹੈਦਰਾਬਾਦ ਦਾ ਨਿਜ਼ਾਮ ਮੁਸਲਮਾਨ ਹੈ ਪਰ ਹਿੰਦੂਆਂ ਦੀ ਆਬਾਦੀ ਉੱਥੇ 85% ਹੈ। ਹੁਣ ਇਹੀ ਪਾਰਟ ਜਿਹੜਾ ਇਹ ਕ੍ਰਾਈਟੇਰੀਆ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਕੀਤਾ ਗਿਆ। ਬੇਸ਼ੱਕ ਜੰਮੂ ਕਸ਼ਮੀਰ ਦਾ ਰਾਜਾ ਹਰੀ ਸਿੰਘ ਇਹ ਹਿੰਦੂ ਜਿਹੜਾ ਕਿ ਡੋਗਰਿਆਂ ਦੀ ਗੱਦਾਰੀ ਦੇ ਨਾਲ ਜਿਸ ਦਾ ਇਤਿਹਾਸ ਔਰ ਇਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ ਇਹ ਦੋ ਭਰਾ ਧਿਆਨ ਸਿੰਘ ਤੇ ਗੁਲਾਬ ਸਿੰਘ ਇੱਕ ਫੁੱਟ ਸੋਲਜਰ ਸਿਪਾਹੀ ਬਣ ਕੇ ਰਣਜੀਤ ਸਿੰਘ ਦੇ ਦਰਬਾਰ 'ਚ ਆਏ ਔਰ ਕਿਵੇਂ ਇਹਨਾਂ 'ਚੋਂ ਇੱਕ ਪ੍ਰਧਾਨ ਮੰਤਰੀ ਬਣਿਆ ਧਿਆਨ ਸਿੰਘ, ਜਿਹਨੇ ਕਿਸ ਲੈਵਲ ਦੀ ਗੱਦਾਰੀ ਕੀਤੀ, ਭਾਵੇਂ ਬਾਅਦ 'ਚ ਸਿੱਖ ਫੌਜ ਦੇ ਹੱਥੋਂ ਸੋਧਿਆ ਗਿਆ, ਔਰ ਗੁਲਾਬ ਸਿੰਘ ਜਿਸ ਨੇ ਕਿ ਪੂਰੀ ਗੱਦਾਰੀ ਕਰਦਿਆਂ ਪਹਿਲੀ ਸਿੱਖ ਅੰਗਰੇਜ਼ ਜੰਗ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਔਰ ਨਤੀਜੇ ਦੇ ਤੌਰ 'ਤੇ ਜਦੋਂ ਅੰਮ੍ਰਿਤਸਰ ਦੀ ਟ੍ਰੀਟੀ 1846 ਦੇ ਵਿੱਚ ਇਸ ਜੰਗ ਦੇ ਖਾਤਮੇ 'ਤੇ ਹੋਈ ਅਤੇ ਜੰਮੂ ਕਸ਼ਮੀਰ ਦਾ ਰਾਜ ਜਿਹੜਾ ਇਹ ਇਨਾਮ ਦੇ ਤੌਰ 'ਤੇ ਉਸ ਗੱਦਾਰੀ ਦੇ ਗੁਲਾਬ ਸਿੰਘ ਨੂੰ ਦਿੱਤਾ ਗਿਆ। ਹਾਲਾਂਕਿ ਬਹੁਤ ਵਾਰੀ ਜਦੋਂ ਕਸ਼ਮੀਰੀ ਇਸ ਇਤਿਹਾਸ ਨੂੰ ਕਹਿੰਦੇ ਨੇ ਕਹਿਣਗੇ ਜੀ ਕਿ 72 ਲੱਖ ਦੇ ਵਿੱਚ ਉਸ ਨੇ ਜੰਮੂ ਕਸ਼ਮੀਰ ਖਰੀਦਿਆ, ਇਹ ਗੱਲ ਠੀਕ ਨਹੀਂ ਹੈ। ਪਹਿਲੀ ਗੱਲ ਤਾਂ ਜੋ ਕੁਛ ਜੰਮੂ ਦੇ ਵਿੱਚ ਸੀ ਉਹ ਖਜ਼ਾਨਾ ਵੀ ਸਿੱਖਾਂ ਦਾ ਸੀ, ਕਿਉਂਕਿ ਮਹਾਰਾਣੀ ਚੰਦ ਕੌਰ ਜਿਹੜੀ ਹੈ ਉਹਨੂੰ ਧਿਆਨ ਸਿੰਘ ਜੰਮੂ ਲੈ ਗਿਆ ਸੀ ਕਿ ਇੱਥੇ ਸੇਫਲੀ, ਔਰ ਖਜ਼ਾਨਾ ਵੀ ਉਹਦੇ ਨਾਲ ਸੀ। ਬਾਅਦ 'ਚ ਚੰਦ ਕੌਰ ਨੂੰ ਜਿੱਥੇ ਕਿ ਅੱਜ ਜੰਮੂ 'ਚ ਉਹਦੀ ਸਮਾਧ ਵੀ ਬਣੀ ਹੋਈ ਹੈ, ਪੱਥਰ ਮਾਰ ਮਾਰ ਕੇ ਉਸ ਦੀਆਂ ਨੌਕਰਾਣੀਆਂ ਤੋਂ ਮਰਵਾ ਦਿੱਤਾ ਗਿਆ, ਖਜ਼ਾਨੇ 'ਤੇ ਇਹਨੇ ਕਬਜ਼ਾ ਕੀਤਾ ਔਰ ਗੁਲਾਬ ਸਿੰਘ ਨੂੰ ਇਹ ਗੱਦਾਰੀ ਦਾ ਇਨਾਮ ਮਿਲਿਆ ਸੀ। ਔਰ ਇਹੀ ਗੁਲਾਬ ਸਿੰਘ ਦੀ ਔਲਾਦ ਸੀ ਹਰੀ ਸਿੰਘ, 1947 ਦੇ ਵਿੱਚ ਜਦੋਂ ਕਿ ਉਸ ਨੇ ਦਿੱਲੀ ਡੈਲੀ ਕੀਤੀ। ਔਰ ਜਿਵੇਂ ਅਸੀਂ ਸਮਝਦੇ ਹਾਂ ਕਿ ਸਾਡੇ ਇਤਿਹਾਸ ਦੇ ਜਿਹੜੇ ਅਸੀਂ ਕਾਲੇ ਦਿਨ ਬਿਆਨਦੇ ਉਹਨਾਂ ਦੇ ਵਿੱਚ ਜ਼ਾਹਰਾ ਤੌਰ 'ਤੇ ਅਸੀਂ ਜਦੋਂ ਪਹਿਲਾਂ 26 ਜਨਵਰੀ 1947 ਤੋਂ ਬਾਅਦ ਇਹਨੂੰ ਕਾਲੇ ਦਿਨ ਵਜੋਂ ਸਿੱਖਾਂ ਨੇ ਮਨਾਇਆ ਸੀ, ਕਿਉਂਕਿ ਉਸ ਦਿਨ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ ਜਿਹਦੇ 'ਚ ਸਿੱਖਾਂ ਨਾਲ ਕੀਤੇ ਜਿਹੜੇ ਕੌਲ ਇਕਰਾਰ ਨੇ ਉਹ ਛਿੱਕੇ 'ਤੇ ਟੰਗ ਕੇ ਭਾਰਤੀ ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਜਿਹੜਾ ਉਹ ਹਿੰਦੂ ਬਣਾਉਂਦਾ ਸੀ। ਅੱਡ ਰਾਜ ਦੇਣ ਦੀਆਂ ਜਿਹੜੀਆਂ ਇਹਨਾਂ ਦੀਆਂ ਗੱਲਾਂ ਸਨ, ਇਕਰਾਰ ਸਨ, ਮਤੇ ਸਨ, ਉਸ ਨੂੰ ਇੱਕ ਪਾਸੇ ਰੱਖ ਕੇ। ਸੋ ਜ਼ਿਆਦਾ ਤੌਰ ਦੇ ਉੱਤੇ ਕਸ਼ਮੀਰੀ ਪਿਛਲੇ  71 ਸਾਲ ਤੋਂ ਜਿਸ ਕਿਸਮ ਦੇ ਹਾਲਾਤ 'ਚੋਂ ਗੁਜ਼ਰੇ ਨੇ, ਗੁਜ਼ਰ ਰਹੇ ਨੇ, ਇਸ ਵੇਲੇ 125,000 ਤੋਂ ਜ਼ਿਆਦਾ ਕਸ਼ਮੀਰੀ ਜਿਹੜੇ ਨੇ ਮਾਰੇ ਜਾ ਚੁੱਕੇ ਨੇ, ਹਜ਼ਾਰਾਂ ਬੀਬੀਆਂ ਜਿਹੜੀਆਂ ਨੇ ਉਹ ਬੇਪੱਤ ਹੋਈਆਂ, ਔਰ ਕਿਵੇਂ ਈਵਨ ਪਿਛਲੇ ਕੁਛ ਸਮੇਂ ਤੋਂ ਜਿੱਥੇ ਕਿ 7 ਲੱਖ ਫੌਜ ਕਸ਼ਮੀਰ ਦੇ ਵਿੱਚ ਰੱਖੀ ਹੋਈ ਹੈ, ਪੈਲਟ ਗਨਸ ਵਰਗੀਆਂ ਖਤਰਨਾਕ ਜਿਹੜੇ ਉਹ ਇਸਤੇਮਾਲ ਕਰਕੇ ਹਜ਼ਾਰਾਂ ਬੱਚੇ ਜਿਹੜੇ ਨੇ ਨਬੀਨੇ ਬਲਾਇੰਡ ਬਣਾ ਦਿੱਤੇ ਗਏ ਨੇ। ਸੋ ਜ਼ਾਹਰਾ ਤੌਰ 'ਤੇ ਇਸ ਦਿਨ ਨੂੰ ਜਿੱਥੇ ਭਾਰਤੀ ਹਕੂਮਤ ਕਸ਼ਮੀਰ ਦੇ ਵਿੱਚ ਜਿਹੜਾ ਉਹ ਬੜਾ ਸੈਲੀਬ੍ਰੇਟ ਕਰਦੀ ਹੈ, ਇਸ ਨੂੰ ਜਸ਼ਨ ਦੇ ਤੌਰ 'ਤੇ ਕਰਦੀ ਹੈ, ਔਰ ਕਸ਼ਮੀਰੀਆਂ ਦੇ ਘਰਾਂ 'ਚ ਜੰਮੂ ਕਸ਼ਮੀਰ 'ਚ ਵੀ ਉੱਥੇ ਵੀ ਹਨੇਰਾ ਹੁੰਦਾ ਔਰ ਉਹਨੂੰ ਯਾਦ ਕਰਦੇ ਨੇ, ਕਿਉਂਕਿ ਉਹਨਾਂ ਦੇ ਲਈ ਹਰ ਨਵੇਂ ਸਾਲ ਦੇ ਨਾਲ ਫਿਰ ਉਹ ਇਤਿਹਾਸ ਵੀ ਜੁੜ ਜਾਂਦਾ ਕਿ ਕਿਵੇਂ ਕਸ਼ਮੀਰੀ ਆਪਣੀ ਆਜ਼ਾਦੀ ਦੇ ਲਈ, ਆਪਣੀ ਮਾਦਰੇ ਵਤਨ ਦੇ ਲਈ ਕੁਰਬਾਨੀਆਂ ਕਰ ਰਹੇ ਨੇ। ਸੋ ਜ਼ਾਹਰਾ ਤੌਰ 'ਤੇ ਨਿਊਯਾਰਕ ਦੇ ਵਿੱਚ ਜਿਹੜੀ ਇੱਕ ਬੜੀ ਰਿਸਪੈਕਟੇਬਲ ਰੈਪਿਊਟੇਬਲ ਔਰਗਨਾਈਜੇਸ਼ਨ ਹੈ ਜਿਸ ਦੀ ਐਬਰੀਵੇਸ਼ਨ ਪਸਨੀ ਹੈ, ਪਾਕਿਸਤਾਨ ਅਮੈਰੀਕਨ ਸੁਸਾਇਟੀ ਆਫ ਨਿਊਯਾਰਕ, ਉਹਨਾਂ ਨੇ ਇਸ ਫਰਾਈਡੇ ਬਲੈਕ ਡੇ ਨੂੰ ਰੈਡੀਸਨ ਹੋਟਲ ਲੌਂਗ ਆਈਲੈਂਡ ਦੇ ਵਿੱਚ ਸ਼ਾਮ ਦਾ ਫੰਕਸ਼ਨ ਰੱਖਿਆ ਸੀ। ਅਸੀਂ ਥਰਸਡੇ ਅਨਾਊਂਸ ਵੀ ਕੀਤਾ ਸੀ ਔਰ ਸਾਡੀ ਪੂਰੀ ਟੀਮ ਜਿਹੜੀ ਹੈ ਉਸ ਮੌਕੇ ਦੇ ਉੱਤੇ ਮੌਜੂਦ ਸੀ, ਉਸ ਨੂੰ ਲਾਈਵ ਕਵਰ ਵੀ ਕੀਤਾ ਗਿਆ। ਸ਼ੁਰੂ ਦੇ ਕੁਛ ਮਿੰਟ ਜਿਹੜੇ ਨੇ ਉਹ ਨਹੀਂ ਕਵਰ ਹੋ ਸਕੇ ਸੀ ਕਿਉਂਕਿ ਹਰ ਥਾਂ ਕੋਈ ਵੋਲਿਊਮ ਦੀ, ਸਾਊਂਡ ਦੀ ਪ੍ਰੋਬਲਮ, ਕੋਈ ਟੈਕਨੀਕਲ ਪਾਰਟ, ਪਰ ਸਾਡੀ ਟੀਮ ਨੇ ਐਜ਼ ਏ ਬੈਕਅਪ ਸਾਰਾ ਉਹਨੂੰ ਰਿਕਾਰਡ ਵੀ ਕੀਤਾ
ਔਰ ਬਹੁਤ ਜਲਦੀ ਅਸੀਂ ਉਸ ਨੂੰ ਦੁਬਾਰਾ ਵੀ ਦਿਖਾਵਾਂਗੇ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਆਪਣੇ ਦਰਸ਼ਕਾਂ ਦਾ ਕਿ ਭਾਵੇਂ ਉਹ ਲੇਟ ਆਵਰਸ 9 ਵਜੇ ਤੋਂ ਬਾਅਦ ਚੱਲਿਆ ਲੇਕਿਨ ਸੈਂਕੜਿਆਂ ਸ਼ੇਅਰ ਔਰ ਸੈਂਕੜਿਆਂ ਕਮੈਂਟ ਜਿਹੜੇ ਨੇ ਉਹ ਸੀ ਜਿਹਦੇ 'ਚ ਸਾਨੂੰ ਹੌਸਲਾ ਵੀ ਮਿਲਦਾ ਔਰ ਇੱਕ ਬੜਾ ਸ਼ਾਨਦਾਰ ਫੰਕਸ਼ਨ ਸੀ ਇਸ ਦੇ ਵਿੱਚ ਸਾਡੇ ਲਈ ਕਿਉਂਕਿ ਸਾਡੇ ਨਾਲ ਸਿੱਖ ਡੈਲੀਗੇਸ਼ਨ ਨੇ ਪਾਰਟੀਸਪੇਸ਼ਨ ਕੀਤੀ ਜਿਹਨਾਂ ਦੇ ਵਿੱਚ ਸਰ ਹਿੰਮਤ ਸਿੰਘ ਜਿਹੜੇ ਕਿ ਸਿੱਖ ਕੋਆਰਡੀਨੇਸ਼ਨ ਕਮੇਟੀ ਜਿਹਦੇ 130 ਤੋਂ ਜ਼ਿਆਦਾ ਗੁਰਦੁਆਰੇ ਔਰ ਸੰਸਥਾਵਾਂ ਮੈਂਬਰ ਨੇ ਉਹਦੇ ਕੋਆਰਡੀਨੇਟਰ ਨੇ ਡਾਕਟਰ ਰਣਜੀਤ ਸਿੰਘ ਜਿਹੜੇ ਸਿੱਖ ਯੂਥ ਆਫ ਅਮੈਰੀਕਾ ਦੇ ਆਫਿਸ ਬੇਅਰਰ ਨੇ ਭਾਈ ਹਰਮੇਲ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਕਰਤਿਆਂ ਧਰਤਿਆਂ 'ਚੋਂ ਨੇ ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਬਾਜਵਾ ਜਿਹੜੇ ਕਿ ਹਮੇਸ਼ਾ ਹੀ ਐਨਰਜੈਟਿਕ ਔਰ ਇਹ ਸਾਰੇ ਬੌਂਡ ਨੂੰ ਜਿਹੜਾ ਕਿ ਸਾਡਾ ਪਾਕਿਸਤਾਨੀ ਭਰਾਵਾਂ ਦੇ ਨਾਲ ਹੈ ਉਸ ਨੂੰ ਹਮੇਸ਼ਾ ਹੀ ਉਹ ਇਨਕਰੇਜ ਕਰਦੇ ਨੇ ਔਰ ਸਾਨੂੰ ਵੀ ਜਿੰਨੀ ਵੈਲਕਮ ਹਰ ਵਾਰ ਮਿਲਦੀ ਹੈ ਮੈਂ ਸਮਝਦਾ ਹਾਂ ਵੀ ਉਹ ਸਾਡੇ ਦਿਲਾਂ ਨੂੰ ਛੋਹਣ ਵਾਲੀ ਹੁੰਦੀ ਹੈ ਪਿਆਰ ਔਰ ਮੁਹੱਬਤ ਦਾ ਇਜ਼ਹਾਰ ਔਰ ਕਿਉਂਕਿ ਇਹ ਜਿਹੜੀ ਗੈਦਰਿੰਗ ਸੀ ਬੜੀ ਡਿਸਟਿੰਗੁਇਸ਼ਡ ਜਿਹਦੇ 'ਚ ਚੰਗੇ ਸਾਰੇ ਰੈਪਿਊਟੇਬਲ ਕੋਈ ਡਾਕਟਰਸ ਕੋਈ ਵਕੀਲ ਔਰ ਕਸ਼ਮੀਰ ਅਮੈਰੀਕਨ ਕੌਂਸਲ ਦੇ ਡਾਕਟਰ ਗੁਲਾਮ ਨਬੀ ਫਾਈ ਵਾਸ਼ਿੰਗਟਨ DC ਤੋਂ ਐਜ਼ ਏ ਗੈਸਟ ਆਫ ਆਨਰ ਸਨ ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਆਫੀਸ਼ੀਏਟਿੰਗ ਕੌਂਸਲ ਜਨਰਲ ਮਿਸਟਰ ਨਈਮ ਇਕਬਾਲ ਚੀਮਾ ਵੀ ਪੈਨਲ ਦੇ ਵਿੱਚ ਸੀ ਔਰ ਸਾਨੂੰ ਉਹਨਾਂ ਨੇ ਮਾਣ ਵੀ ਦਿੱਤਾ ਪੈਨਲ ਦੇ ਵਿੱਚ ਵੀ ਔਰ ਜਿਹੜੀ ਹੈ ਕੰਕਲੂਡਿੰਗ ਸਪੀਚ ਦੇ ਤੌਰ 'ਤੇ ਜਿਹੜਾ ਉਹਨਾਂ ਦੀ ਇਹ ਚਾਹਨਾ ਸੀ ਹਾਲਾਂਕਿ ਸਪੀਚ ਥੋੜ੍ਹੀ ਲੰਬੀ ਵੀ ਹੋਈ ਕਿਉਂਕਿ ਉਹ ਇਹ ਚਾਹੁੰਦੇ ਸੀ ਮੈਂ ਮੇਰਾ ਮਨ ਸੀ ਕਿ ਮੈਂ ਕਸ਼ਮੀਰੀ ਬਹਾਦਰੀ ਨੂੰ ਹੀ ਟ੍ਰਿਬਿਊਟ ਦੇਣੀ ਹੈ ਕਿ ਕਿਵੇਂ ਉਹ ਖੜ੍ਹੇ ਨੇ ਪਰ ਉਹਨਾਂ ਦੀ ਚਾਹਨਾ ਸੀ ਕਿ ਅਸੀਂ ਜਿਹੜਾ ਸਿੱਖ ਐਂਗਲ ਹੈ ਜੋ ਸਿੱਖਾਂ ਨਾਲ ਵਾਪਰਿਆ ਉਸ ਨੂੰ ਵੀ ਬਿਆਨ ਕਰੀਏ ਸੋ ਇਹ ਬੜਾ ਵੈਲ ਰਿਸੀਵਡ ਸੀ ਉਹਨਾਂ ਵੱਲੋਂ ਵੀ ਜਿੰਨਾ ਉਹਨਾਂ ਨੇ ਮਾਣ ਸਾਨੂੰ ਦਿੱਤਾ ਔਰ ਬਾਕੀ ਸਾਰਿਆਂ ਦੀ ਪ੍ਰੈਜੈਂਟੇਸ਼ਨ ਵੀ ਮੈਂ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਸਪੈਂਸ ਨਹੀਂ ਲੈਣਾ ਚਾਹੁੰਦਾ ਹੋਣਾ ਨਹੀਂ ਚਾਹੁੰਦਾ ਸੋ ਇਸ ਪ੍ਰੋਗਰਾਮ ਨੂੰ ਬਹੁਤ ਜਲਦੀ ਅਸੀਂ ਜਿਹੜਾ ਐਡਿਟ ਕਰਕੇ ਇੱਕ ਪ੍ਰੋਪਰ ਫਾਰਮੈਟ ਦੇ ਵਿੱਚ ਦੁਬਾਰਾ ਟੈਲੀਕਾਸਟ ਕਰਾਂਗੇ ਕਿਉਂਕਿ ਵਾਸ਼ਿੰਗਟਨ DC ਭਾਵੇਂ ਪੇਕਾ ਕਰਕੇ ਵੀ ਹੈ ਪਰ ਹੁਣ ਪੇਕਿਆਂ ਦੇ ਵੀ ਇੰਨੇ ਕੁ ਸੱਦੇ ਹੁੰਦੇ ਨੇ ਜ਼ਾਹਰ ਹੈ ਕਿ ਔਰ ਉਹਦੇ 'ਚ ਥਕਾਵਟ ਵੀ ਨਹੀਂ ਹੁੰਦੀ ਕਿਉਂਕਿ ਸੱਦਾ ਪੱਤਰ ਹੀ ਪੇਕਿਆਂ ਦਾ ਹੁੰਦਾ ਸੋ ਸੈਚਰਡੇ ਕਿਉਂਕਿ ਰਾਤ ਜਿਹੜਾ ਇਸ ਹੋਟਲ ਵਾਲਾ ਫੰਕਸ਼ਨ ਸੀ ਆਲਮੋਸਟ ਰਾਤ ਦੇ 11:30 ਵੱਜ ਗਏ ਅਸੀਂ ਡਰਾਈਵ ਡਾਊਨ ਕੀਤਾ ਵਾਸ਼ਿੰਗਟਨ 5:30 ਸਵੇਰੇ 6 ਵਜੇ ਜਾ ਕੇ ਪਹੁੰਚੇ ਉੱਥੇ 11 to 1 ਵਜੇ ਤੱਕ ਜਿਹੜਾ ਫੰਕਸ਼ਨ ਗੁਰਦੁਆਰਾ ਸਾਹਿਬ ਮਿਨੈਸਰ ਸਾਡੇ ਬੜੇ ਪਿਆਰੇ ਬਜ਼ੁਰਗ ਸਰਦਾਰ ਜਗਜੀਤ ਸਿੰਘ ਸਰਕਾਰੀਆ ਜਿਹੜੇ 30 ਸਾਲ ਤੋਂ ਜਦੋਂ ਤੋਂ ਮੈਂ ਜਾਣਦਾ ਪੰਥਕ ਝੰਡਾ ਬਰਦਾਰ ਪਿਛਲੇ ਸਾਲ ਉਹ ਚੜ੍ਹਾਈ ਕਰ ਗਏ ਸੀ ਔਰ ਉਦੋਂ ਅਸੀਂ ਉਹਨਾਂ ਦੀ ਅੰਤਮ ਅਰਦਾਸ 'ਚ ਸ਼ਾਮਿਲ ਨਹੀਂ ਸੀ ਹੋ ਸਕੇ ਕੋਈ ਹੋਰ ਪ੍ਰੋਗਰਾਮ ਸੀ ਸੋ ਮੈਂ ਇਹ ਮੈਨੂੰ ਗਿਲਟ ਵੀ ਸੀ ਔਰ ਕਿਉਂਕਿ ਸਾਰਾ ਹੀ ਪਰਿਵਾਰ ਸਾਡੇ ਨਾਲ ਬੜੇ ਸਨੇਹ ਵੀ ਕਰਦੇ ਨੇ ਔਰ ਸਾਡਾ ਹੁੰਦਾ ਵੀ ਜਿਹੜੇ ਪੰਥਕ ਝੰਡਾ ਬਰਦਾਰ ਨੇ ਉਹੀ ਸਾਡੀ ਬਰਾਦਰੀ ਸਾਡਾ ਫਰਜ਼ ਹੈ ਸੋ ਅਸੀਂ ਭਾਵੇਂ 6 ਵਜੇ ਸਵੇਰੇ ਪਹੁੰਚੇ ਪਰ ਉਹ ਸਮਾਗਮ ਨੂੰ ਵੀ ਹਾਂ 11 to 1 ਔਰ ਫਿਰ ਜਿਹੜਾ ਐਤਵਾਰ 2 ਸਮਾਗਮ ਇੱਕ ਮੁੱਖ ਸਮਾਗਮ ਗੁਰਦੁਆਰਾ ਸਾਹਿਬ ਮੈਨੈਸਿਸ ਸੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ ਔਰ ਦੂਸਰਾ ਸਮਾਗਮ ਲੋਕਲ ਫਰੈਂਡਸ ਆਫ ਸਿੱਖ ਕੌਕਸ ਵੱਲੋਂ ਜਿਹੜਾ 5-star ਹੋਟਲ ਦੇ ਵਿੱਚ ਰੱਖਿਆ ਹੋਇਆ ਸੀ ਜਿੱਥੇ ਕਿ ਕਿਉਂਕਿ ਮਿਡ ਟਰਮ ਇਲੈਕਸ਼ਨਸ ਹੈ ਔਰ ਕਾਂਗਰਸ ਵੂਮੈਨ ਬਾਰਬਰਾ ਕੌਮਸਟ੍ਰਕ ਜਿਹੜੀ ਕਿ ਸਿੱਖਾਂ ਦੀ ਦੋਸਤ ਹੈ ਹਮਦਰਦ ਹੈ ਜਿਹੜੀ US ਕਾਂਗਰੈਸ਼ਨਲ ਸਿੱਖ ਕੌਕਸ ਹੈ ਉਹਦੀ ਮੈਂਬਰ ਵੀ ਹੈ
ਔਰ ਉਹਦੇ ਜਿਹੜਾ ਫੰਡ ਰੇਜ਼ਿੰਗ ਦੇ ਲਈ, ਕਿਉਂਕਿ ਉਹ ਕਾਫੀ ਟਫ ਫਾਈਟ ਹੈ ਉਹਦੀ, ਹੋ ਸਕਦਾ ਇਸ ਵਾਰ ਵਨ ਸੀਟ ਵੀ ਹੋ ਸਕਦੀ ਹੈ, ਕਿਉਂਕਿ ਇੱਕ ਵੇਵ ਹੈ ਅਮਰੀਕਾ 'ਚ ਬੇਸ਼ੱਕ ਲੋਕਲੀ ਉਹਨੇ ਹੈਲਥ ਦਾ ਇਸ਼ੂ ਹੋਏ ਜਿਹੜਾ ਔਰ ਦੂਸਰੇ ਸੋਸ਼ਲ ਇਸ਼ੂਜ਼ 'ਤੇ ਕੰਮ ਕੀਤਾ, ਸਿੱਖਾਂ ਨਾਲ ਵੀ ਕੀਤਾ, ਪਰ ਇਸ ਵੇਲੇ ਜਿਹੜੀ ਇੱਕ ਵੇਵ ਅਮਰੀਕਾ 'ਚ ਬਣੀ ਹੋਈ ਹੈ, ਜਿਹੜੇ ਕਾਂਗਰਸਮੈਨ ਟ੍ਰਬਲ 'ਚ ਵੀ ਨੇ, ਕਾਂਗਰਸਮੈਨ ਔਰ ਵਿਮੈਨ, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀਆਂ ਪੋਲਿਸੀਜ਼ ਕਰਕੇ ਨੇ, ਔਰ ਡੈਮੋਕ੍ਰੈਟ ਫੁੱਲੀ ਹੋਪਫੁੱਲ ਨੇ ਕਿ ਵੀ ਉਹ ਹਾਊਸ ਖੋਹ ਲੈਣਗੇ, ਹਾਲਾਂ ਜੇ ਹਾਊਸ ਡੈਮੋਕ੍ਰੈਟਾਂ ਦਾ ਹੁੰਦਾ ਲੌਂਗ ਟਰਮ, ਸ਼ਾਇਦ ਇੱਕ ਜਿਹੜਾ ਇਸ ਵੇਲੇ ਵਨ ਸਾਈਡਿਡ ਟ੍ਰੈਂਡ ਚੱਲ ਰਿਹਾ ਉਹਦੇ 'ਚ ਇੱਕ ਚੈੱਕ ਐਂਡ ਬੈਲੈਂਸ ਵੀ ਹੋਏਗਾ। ਪਰ ਜਿਵੇਂ ਮੈਂ ਉਸ ਐਡਰੈਸ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਵੀ ਕਿਹਾ ਸੀ, ਔਰ ਉੱਥੇ ਵੀ ਕਿਹਾ ਕਿ ਭਾਈ ਜਿਹੜੀਆਂ ਮਾਈਨੋਰਿਟੀਜ਼ ਨੇ, ਖਾਸ ਤੌਰ 'ਤੇ ਸਿੱਖਾਂ ਨੂੰ ਇਹ ਸੂਟ ਕਰਦਾ ਹੈ ਕਿ ਸਾਡੇ ਦੋਨੋਂ ਹੀ ਟੋਕਰੀਆਂ ਦੇ ਵਿੱਚ ਆਂਡੇ ਹੋਣੇ ਚਾਹੀਦੇ ਨੇ, ਜਿੱਥੋਂ ਮਰਜ਼ੀ ਚੂਚਾ ਨਿਕਲਾ ਹੈ। ਸੋ ਸਾਨੂੰ ਪੋਲੀਟੀਕਲ ਪ੍ਰੋਸੈਸ ਜੁਆਇਨ ਕਰਨ ਦੀ ਲੋੜ ਹੈ, ਐਜ਼ ਏ ਵੋਟਰ ਰਜਿਸਟਰ ਵੀ ਹੋਈ ਹੈ, ਔਰ ਵੋਟ ਪਾਉਣ ਦੇ ਲਈ ਜਿਵੇਂ ਭੈਣ ਜੀ ਮਨਮੰਥਨ ਕੌਰ ਨੇ ਵੀ ਕਿਹਾ ਸੀ, ਉਹਨਾਂ ਨੇ ਕਿਹਾ ਜੀ ਕਿ ਆਪਣੇ ਲੋਕ ਇਹ ਕਰਦੇ ਨਹੀਂ ਹੈ। ਸੋ ਇਹ ਜ਼ਰੂਰੀ ਹੈ ਕਿ ਵੀ ਉਸ ਦਿਨ ਜਿਹੜਾ ਵੋਟ ਪਾਉਣ ਦੇ ਲਈ ਨਿਕਲੋ, ਔਰ ਜਿਹੜਾ ਹਰ ਥਾਂ ਇੱਕ ਇੱਕ ਵੋਟ ਕਾਊਂਟ ਹੋਏਗੀ। ਕੁਛ ਜਿਹੜੀਆਂ ਰੇਸਿਸ ਨੇ ਇਨਕਲੂਡਿੰਗ ਇਹ ਬਾਰਬਰਾ ਕੌਮਸਟਾਕ ਦੀ, ਇਹ ਬੜੀ ਟਾਈਟ ਰੇਸਿਸ ਨੇ ਜਿਹਨਾਂ ਦੇ ਵਿੱਚ ਕੁਛ ਵੋਟਾਂ ਹੀ ਜਿਹੜੀਆਂ ਨੇ, ਈਵਨ ਸਿੰਗਲ ਡਿਜਿਟ ਵੋਟਸ ਵੀ ਜਿਹੜੀਆਂ ਨੇ ਉਹ ਡਿਸਾਈਡਿੰਗ ਵੋਟਸ ਹੋ ਸਕਦੀਆਂ ਜੀ। ਸੋ ਇਹ ਸਾਡੀ ਉੱਥੋਂ ਦੀ ਕਾਰਗੁਜ਼ਾਰੀ ਸੀ, ਪਰ ਇਸ ਦੌਰਾਨ ਜਿਹੜੀ ਇੱਕ ਵੱਡੀ ਟ੍ਰੈਜਡੀ ਪੈਨਸਿਲਵੈਨੀਆ ਦੇ ਪਿਟਸਬਰਗ ਦੇ ਸਿਨਾਗੋਗ 'ਚ ਵਾਪਰੀ, ਉਹ ਕਿਉਂਕਿ ਜਦੋਂ ਅਸੀਂ ਜਾ ਰਹੇ ਸੀ ਉਸ ਦਿਨ ਹੀ ਇਹ ਘਟਨਾ ਹੋ ਗਈ ਸੀ ਨੈਕਸਟ ਡੇ, ਔਰ ਅਸੀਂ ਇਸ ਗੱਲ ਨੂੰ ਯਕੀਨੀ ਵੀ ਬਣਾਇਆ ਐਤਵਾਰ ਦੇ ਦੀਵਾਨ 'ਚ ਵੀ ਸੰਗਤ 'ਚ ਅਰਦਾਸ ਦੀ, ਔਰ ਮੈਂ ਆਪਣੀ ਪ੍ਰੈਜੈਂਟੇਸ਼ਨ ਵੀ ਕਿਹਾ, ਔਰ ਜਦੋਂ ਕਾਂਗਰਸ ਵੂਮੈਨ ਬਾਰਬਰਾ ਦੀ ਉਸ ਫੰਕਸ਼ਨ 'ਚ ਮੈਂ ਐਡਰੈਸ ਕੀਤਾ, ਅਤੇ ਸਭ ਤੋਂ ਪਹਿਲਾਂ ਮੈਂ ਟ੍ਰਿਬਿਊਟ ਉਹਨਾਂ ਯਾਰਾਂ ਜਿਹੜੇ ਇਨੋਸੈਂਟ, ਉਹ ਲੋਕ ਜਿਹੜੇ ਕਿ ਆਪਣੇ ਧਾਰਮਿਕ ਅਕੀਦੇ ਦੇ ਲਈ ਸਿਨਾਗੋਗ ਦੇ ਵਿੱਚ, ਜਿਵੇਂ ਅਸੀਂ ਗੁਰਦੁਆਰਾ ਕਹਿੰਦੇ ਹਾਂ, ਯਹੂਦੀਆਂ ਦਾ ਸਿਨਾਗੋਗ ਹੁੰਦਾ, ਈਸਾਈਆਂ ਦਾ ਚਰਚ ਹੈ, ਇਸਲਾਮ 'ਚ ਮਸਜਿਦ ਜਾਂ ਮਸੀਤ ਲਫ਼ਜ਼ ਇਸਤੇਮਾਲ ਹੁੰਦੇ ਨੇ, ਸੋ ਇਕੱਠੇ ਸਨ, ਅਤੇ ਕਿਵੇਂ ਇੱਕ ਜਿਹੜਾ ਰੇਸਿਸਟ ਬੰਦਾ ਜਿਹਨੇ ਆਉਂਦਿਆਂ ਹੀ ਇਹ ਰੌਲਾ ਪਾਇਆ ਕਿ ਸਾਰੇ ਯਹੂਦੀ ਮਾਰ ਦਿਓ, ਔਰ ਉਸਨੇ ਜਿਹੜਾ ਉਹਦੇ ਕੋਲ ਆਟੋਮੈਟਿਕ ਰਾਈਫਲ, 4 ਗਰਨੇਡ ਵੀ ਸਨ, 11 ਬੰਦੇ ਜਿਹੜੇ ਨੇ ਜਿਹਨਾਂ ਦੇ ਵਿੱਚ 93 ਸਾਲ ਦਾ ਬਜ਼ੁਰਗ ਉਹ ਮਾਰਿਆ ਗਿਆ। ਔਰ ਮੈਂ ਟ੍ਰਿਬਿਊਟ ਦਿੰਦਾ ਉੱਥੇ ਵੀ, ਮੈਂ ਕਿਹਾ ਵੀ ਇੱਥੋਂ ਦੀ ਜਦੋਂ ਅਸੀਂ ਪੁਲਿਸ ਦੀ ਗੱਲ ਕਰਦੇ, ਬੇਸ਼ੱਕ ਰੇਸਿਜ਼ਮ ਦੀ ਗੱਲ ਵੀ ਹੁੰਦੀ ਹੈ ਪੁਲਿਸ ਦੇ ਹਵਾਲੇ ਨਾਲ, ਪਰ ਇਕਦਮ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਸਾਨੂੰ ਸਾਊਥ ਏਸ਼ੀਅਨ ਆਪਣੀ ਪੁਲਿਸ ਯਾਦ ਆ ਜਾਂਦੀ ਹੈ, ਕਿਵੇਂ ਵੱਡੇ ਵੱਡੇ ਢਿੱਡ, ਕਿਵੇਂ ਉਹ ਸਭ ਤੋਂ ਪਹਿਲਾਂ ਭੱਜੇ ਹੁੰਦੇ ਨੇ ਜਦੋਂ ਐਨ ਸਭ ਕੁਝ ਖਤਮ ਹੋ ਜਾਂਦਾ, ਉਦੋਂ ਆਉਂਦੇ ਨੇ ਉਹ ਵੀ ਜੇਬਾਂ ਫਰੋਲਦੇ ਹੁੰਦੇ ਨੇ, ਔਰ ਉਹਨਾਂ ਨੂੰ ਦੇਖ ਕੇ ਖੌਫ ਆਉਂਦਾ ਹੈ ਕਿ ਵੀ ਇਹ ਜਿਹੜਾ ਮਾੜਾ ਮੋਟਾ ਹੈ ਬੱਚਿਆ ਉਹ ਵੀ ਲੈ ਜਾਣਾ, ਅਤੇ ਇੱਥੇ ਆਪਣੀ ਜਾਨ 'ਤੇ ਖੇਡ ਕੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਪੁਲਿਸ ਜਿਹੜੀ ਹੈ, ਔਰ 3-4 ਪੁਲਿਸਮੈਨ ਜਿਹੜੇ ਨੇ ਜ਼ਖਮੀ ਵੀ ਨੇ, ਉਹਨੂੰ ਗਨਮੈਨ ਨੂੰ ਇਨਗੇਜ ਨਾ ਕਰਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ। ਸੋ ਅਸੀਂ ਜਿੱਥੇ ਇਸ ਟ੍ਰੈਜਡੀ ਦੇ ਮੌਕੇ, ਔਰ ਉਸ ਦਿਨ ਐਤਵਾਰ ਦੇ ਦੀਵਾਨ 'ਚ ਅਮਰੀਕਾ ਭਰ ਦੇ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਉਹਨਾਂ ਮਾਰੇ ਗਿਆਂ ਦੇ ਲਈ ਹਮਦਰਦੀ ਦਾ ਇਜ਼ਹਾਰ ਹੋਇਆ, ਜਿੱਥੇ ਜਿੱਥੇ ਵੀ ਕੋਈ ਕੈਂਡਲ ਲਾਈਟ ਵਿਜਲ ਹੋਏ ਨੇ, ਕੋਈ ਹੋਰ ਹੈ, ਉਹਦੇ 'ਚ ਵੀ ਸਿੱਖਾਂ ਨੇ ਪਾਰਟੀਸਪੇਟ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਨਫ਼ਰਤ ਹੈ, ਨਫ਼ਰਤ ਦੀ ਕੋਈ ਥਾਂ ਨਹੀਂ ਹੈ ਕਿਸੇ ਵੀ ਮਜ਼ਹਬ ਦੇ ਵਿੱਚ, ਕਿਸੇ ਵੀ ਜ਼ਾਤ, ਰੰਗ, ਨਸਲ, ਧਰਮ, ਜੈਂਡਰ, ਔਰ ਈਵਨ ਪੋਲੀਟੀਕਲ ਬਿਲੀਫ, ਕੋਈ ਤੁਹਾਡੇ ਨਾਲ ਡਿਸਐਗਰੀ ਵੀ ਕਰਦਾ ਹੋਏ,
ਹਿੰਸਕ ਤੌਰ ਤਰੀਕਾ ਜਿਹੜਾ ਉਹ ਠੀਕ ਨਹੀਂ ਹੈ ਔਰ ਅਸੀਂ ਸਾਰੇ ਹੀ ਜਿਹੜਾ ਯਹੂਦੀ ਭਾਈਚਾਰੇ ਨਾਲ ਵੀ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਔਰ ਇਸ ਗੱਲ ਦੇ ਉੱਤੇ ਈਵਨ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਚੀਫ ਹੈ ਉਹਨਾਂ ਨੇ ਵੀ UN ਚੀਫ ਕਾਲਸ ਫਾਰ ਯੂਨਾਈਟਿਡ ਫਰੰਟ ਅਗੇਂਸਟ ਐਂਟਾਈ ਸੈਮਿਟਿਜ਼ਮ ਆਫਟਰ US ਸਿਨਾਗੋਗ ਸ਼ੂਟਿੰਗ ਔਰ ਇਹ ਭਾਵੇਂ ਉਹਨਾਂ ਨੇ ਕਿਹਾ ਪਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਹੜਾ ਇਸ ਵੇਲੇ ਦੁਨੀਆ ਦੇ ਵਿੱਚ ਇਹ ਸਾਰੇ ਹੀ ਪਾਠ ਚੱਲ ਰਹੇ ਨੇ ਜਿਹਦੇ 'ਚ ਈਵਨ ਇਸਲਾਮੋਫੋਬੀਆ ਹੈ ਇਸਲਾਮ ਦੇ ਖਿਲਾਫ ਨਫ਼ਰਤ ਇਹ ਮੁੱਕਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਵੀ ਇਹ ਉਹ ਭਾਵੇਂ ਐਂਟਾਈ ਸੈਮਿਟਿਜ਼ਮ ਹੋਏ ਇਸਲਾਮੋਫੋਬੀਆ ਅਦਰ ਫੋਰਮਸ ਆਫ ਹੇਟਡ ਐਨੀ ਫੋਰਮ ਆਫ ਰੇਸਿਜ਼ਮ ਬਿਗੋਟਰੀ ਡਿਸਕ੍ਰਿਮੀਨੇਸ਼ਨ ਐਂਡ ਜ਼ੀਨੋਫੋਬੀਆ ਗੇਨਿੰਗ ਸਟਰੈਂਥ ਇਨ ਮੈਨੀ ਪਾਰਟਸ ਆਫ ਦਾ ਵਰਲਡ ਔਰ ਇਹ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜਾ ਫੈਲ ਰਿਹਾ ਇਸ ਨੂੰ ਚੈੱਕ ਕਰਨ ਦੀ ਲੋੜ ਹੈ ਔਰ ਮੈਂ ਸਮਝਦਾ ਵੀ ਜਿੱਥੇ ਬਹੁਤ ਵਾਰ ਇਸ ਮੁਲਕ ਦੇ ਵਿੱਚ ਵੀ ਜਿਹਨੂੰ ਇਸਲਾਮੋਫੋਬੀਆ ਇਸਲਾਮ ਦੇ ਖਿਲਾਫ ਨਫ਼ਰਤ ਦੀ ਲਾਈਨ ਹੈ ਔਰ ਮੁਸਲਮਾਨਾਂ ਨੂੰ ਵਾਇਲੈਂਟ ਔਰ ਦੂਜਾ ਤੀਜਾ ਕਰਕੇ ਭੰਡਿਆ ਜਾਂਦਾ ਹੈ ਇਹ ਇੱਕ ਬੜਾ ਯੂਨੀਕ ਜੈਸਚਰ ਸੀ ਕਿ ਇਹ ਸਿਨਾਗੋਗ 'ਚ ਜਿਹੜੀ ਘਟਨਾ ਹੋਈ ਇਸ ਤੋਂ ਫੌਰਨ ਬਾਅਦ ਨਾ ਸਿਰਫ ਮੁਸਲਮਾਨਾਂ ਨੇ ਥਾਂ ਥਾਂ ਜਿਹੜਾ ਕੈਂਡਲਾਈਟ ਵਿਜਲਸ ਔਰ ਆਪਣੇ ਤੌਰ 'ਤੇ ਪ੍ਰੇਅਰਸ ਕੀਤੀਆਂ ਔਰ ਇਹ ਇੰਟਰਨੈਸ਼ਨਲ ਨਿਊਜ਼ ਹੈ US ਮੁਸਲਿਮ ਗਰੁੱਪਸ ਰੇਜ਼ ਟੈਨਸ ਆਫ ਥਾਊਜ਼ੈਂਡਸ ਫੋਰ ਸਿਨਾਗੋਗ ਵਿਕਟਮਸ ਉਹਨਾਂ ਨੇ ਜਿਹੜਾ ਵਾਸ਼ਿੰਗਟਨ ਦੇ ਵਿੱਚ ਦੋ ਜਿਹੜੇ ਅਮੈਰੀਕਨ ਮੁਸਲਮਾਨਾਂ ਦੇ ਗਰੁੱਪ ਨੇ ਔਰਗਨਾਈਜੇਸ਼ਨਸ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਗੈਦਰਿੰਗ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਜਿਹੜੀ ਹੈ ਔਰ ਉਹਦੇ 'ਚ ਉਹਨਾਂ ਨੇ ਦੇ ਹੈਵ ਰੇਜ਼ਡ ਆਲਮੋਸਟ US $80,000 ਫਾਰ ਸਰਵਾਈਵਿੰਗ ਵਿਕਟਮਸ ਆਫ ਦਾ ਪਿਟਸਬਰਗ ਸਿਨਾਗੋਗ ਸ਼ੂਟਿੰਗ ਐਂਡ ਦਾ ਰਿਲੇਟਿਵਸ ਆਫ ਦਾ 11 ਕਿਲਡ ਉਹਨਾਂ ਨੇ $80,000 ਇਕੱਠਾ ਕਰਕੇ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ ਔਰ ਜ਼ਖਮੀ ਨੇ ਉਹਨਾਂ ਨੂੰ ਦਿੱਤਾ ਔਰ ਉਹਨਾਂ ਨੇ ਬੇਸ਼ੱਕ ਪਹਿਲਾਂ $25,000 ਦਾ ਟਾਰਗੇਟ ਰੱਖਿਆ ਸੀ ਪਹਿਲੇ 6 ਘੰਟੇ 'ਚ ਪਰ ਉਹ ਜਿਹੜਾ ਦਿਨ ਤੱਕ ਪਹੁੰਚਦੇ ਆ $50,000 ਹੋ ਗਿਆ ਔਰ ਹੁਣ ਉਹਨਾਂ ਦਾ ਹੈ ਕਿ ਵੀ ਅਸੀਂ $1,00,000 $80,000 ਆਲਰੇਡੀ ਇਕੱਠਾ ਹੋ ਚੁੱਕਾ ਸੀ ਔਰ ਇਹ ਦੋਵੇਂ ਗਰੁੱਪ ਨੇ ਸੈਲੀਬ੍ਰੇਟ ਮਰਸੀ ਅਤੇ ਮੁਸਲਿਮ ਪਾਵਰ ਚੇਂਜ ਇਹ ਇਹਨਾਂ ਨੇ ਨੋਨ ਪ੍ਰੋਫਿਟਸ ਨੇ ਔਰ ਉਹਨਾਂ ਦੀ ਜਿਹੜੀ ਬੜੀ ਖੂਬਸੂਰਤ ਸਟੇਟਮੈਂਟ ਵੀ ਵਿਸ਼ ਟੂ ਰਿਸਪੋਂਡ ਟੂ ਈਵਲ ਵਿਦ ਗੁੱਡ ਐਜ਼ ਅਵਰ ਫੇਥ ਇੰਸਟਰਕਟਸ ਅਸ ਐਂਡ ਸੈਂਡ ਏ ਪਾਵਰਫੁਲ ਮੈਸੇਜ ਆਫ ਕੰਪੈਸ਼ਨ ਥਰੂ ਐਕਸ਼ਨ ਕਿ ਭਾਈ ਗੱਲਾਂ ਨਾਲ ਸਾਰੇ ਹੀ ਕਹਿਣਗੇ ਜੀ ਬਹੁਤ ਮਾੜਾ ਹੋਇਆ ਬਹੁਤ ਮਾੜਾ ਹੋਇਆ ਪਰ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਰੇਸਿਜ਼ਮ ਨਾਲ ਭਰੇ ਹੋਏ ਜਿਹੜੇ ਈਵਲ ਉਸ ਸ਼ੂਟਰ ਵਰਗੇ ਲੋਕ ਨੇ ਪਰ ਇੱਧਰ ਜਿਹੜੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਦੇ ਅੰਦਰਲੀ ਕੰਪੈਸ਼ਨ ਔਰ ਦਇਆ ਜਿਹੜੀ ਹੈ ਉਹ ਉਸ ਨਫ਼ਰਤ ਨੂੰ ਨਕਾਰਦੀ ਹੈ ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਹਾਲਾਂਕਿ ਇਸ ਕਿਸਮ ਦੀਆਂ ਖਬਰਾਂ ਕੋਈ ਬਹੁਤੀਆਂ ਪ੍ਰੋਮੀਨੈਂਸ ਨਾਲ ਨਹੀਂ ਆਉਂਦੀਆਂ ਫਿਰ ਜਿਹੜਾ ਇਹਨਾਂ ਦਾ ਏਜੰਡਾ ਰੇਸਿਸ ਦਾ ਉਹਦੇ 'ਚੋਂ ਫਿਟ ਇਨ ਨਹੀਂ ਹੁੰਦਾ ਜਿਵੇਂ ਭਾਰਤ ਦੇ ਵਿੱਚ ਹੁੰਦਾ ਕਿ ਵੀ ਕੋਈ ਇੱਕ ਅੱਧੀ ਘਟਨਾ ਨੈਗੇਟਿਵ ਹੋਏ ਤਾਂ ਸਾਰੀ ਸਿੱਖ ਕੌਮ ਨੂੰ ਘੜੀਸਿਆ ਹੁੰਦਾ ਔਰ ਜਿੱਥੇ ਦੁਨੀਆ ਭਰ 'ਚ ਸਿੱਖ ਪਹੁੰਚਦੇ ਨੇ ਕਿਸੇ ਵੀ ਹਿਊਮੈਨੀਟੇਰੀਅਨ ਕੰਮ ਦੇ ਲਈ ਔਰ ਦੂਸਰਾ ਉਹ ਭਾਵੇਂ ਰੋਹਿੰਗਿਆ ਮੁਸਲਮਾਨ ਹੋਣ ਜਾਂ ਉੱਥੇ ਵੀ ਸਿੱਖਾਂ ਨੂੰ ਫਿਰ ਉਹ ISI ਨਾਲ ਜੋੜ ਕੇ ਮੁਸਲਮਾਨਾਂ ਦੇ ਜਿਹੜਾ ਉਹ ਪੱਖਪਾਤ ਦਾ ਕਰਨ ਦਾ ਜਿਹੜਾ ਉਹ ਦੋਸ਼ ਲਾਉਂਦੇ ਨੇ ਔਰ ਇਹ ਤਾਂ ਕਿਉਂਕਿ ਵੀ ਜਿਹੜੀਆਂ ਕਾਰਗੁਜ਼ਾਰੀ ਵੀ ਆ ਗਈ ਪਰ ਜਿਹੜੀ ਖਬਰ ਅਸੀਂ ਐਜ਼ ਏ ਲੀਡ ਖਬਰ ਵੀ ਲਈ ਔਰ ਮੈਂ ਸਮਝਦਾ ਵੀ ਇਹਨੂੰ ਕੋਈ ਵੀ ਇਗਨੋਰ ਵੀ ਨਹੀਂ ਕਰ ਸਕਦਾ ਭਾਰਤੀ ਮੀਡੀਆ ਨੇ ਵੀ ਜਦੋਂ ਇਹ ਖਬਰ ਦਾ ਹੈਡਲਾਈਨ ਲਾਈ ਟਰੰਪ ਸੇਜ਼ ਨੋ ਮੋਦੀ ਗੌਰਮੈਂਟ ਇਨ ਫਿਕਸ ਓਵਰ ਰਿਪਬਲਿਕ ਡੇ ਚੀਫ ਗੈਸਟ ਹੁਣ ਇਹਨਾਂ ਨੇ ਜਿਹੜਾ ਉਹ 26 ਜਨਵਰੀ 1950 ਜਿਹਨੂੰ ਮੈਂ ਕਿਹਾ ਵੀ ਕਾਲਾ ਦਿਨ ਹੈ ਸਾਡੇ ਲਈ ਕਿਉਂਕਿ ਉਸ ਦਿਨ ਅਕਾਲੀ ਦਲ ਦੀ ਕਾਲ ਦੇ ਉੱਤੇ ਹੀ ਪੰਥ ਨੇ
ਘਰਾਂ ਦੇ ਬਾਹਰ ਕਾਲੇ ਝੰਡੇ ਲਾਏ ਸੀ, ਕਾਲੀਆਂ ਚੁੰਨੀਆਂ, ਕਾਲੀਆਂ ਪੱਗਾਂ, ਕਿਉਂਕਿ ਔਰ ਸਿੱਖ ਨੁਮਾਇੰਦਿਆਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਉਸ ਨੂੰ ਇਹ ਦੱਸਣ ਦੇ ਲਈ ਕਿ ਜੀ ਅਸੀਂ ਬਹੁਤ ਵੱਡੀ ਡੈਮੋਕ੍ਰੇਸੀ ਹਾਂ, ਜਮਹੂਰੀਅਤ ਹੈ, ਰਿਪਬਲਿਕ ਡੇ ਦੇ ਤੌਰ 'ਤੇ ਇਹਨੂੰ ਇਹ ਸੈਲੀਬ੍ਰੇਟ ਕਰਦੇ ਨੇ ਔਰ ਉਸ ਦਿਨ ਇਹ ਯਕੀਨੀ ਬਣਾਉਂਦੇ ਨੇ ਕਿ ਦੁਨੀਆ ਦੇ ਵਿੱਚੋਂ ਕਿਸੇ ਨਾ ਕਿਸੇ ਅਹਿਮ ਬੰਦੇ ਨੂੰ, ਪ੍ਰੈਜ਼ੀਡੈਂਟ ਨੂੰ, ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕੀਤਾ ਜਾਏ ਔਰ ਦੱਸਿਆ ਜਾਏ। ਹੁੰਦਾ ਤਾਂ ਉਹੀ ਹੈ ਕਲੋਨੀਅਲ ਈਰਾ ਕਿ ਫੌਜੀ ਝਾਂਕੀਆਂ ਔਰ ਆਰਮੀ ਦਾ ਉੱਤੋਂ ਕੋਈ ਫੁੱਲ ਸੁੱਟ ਰਿਹਾ, ਕੋਈ ਗਨ ਸਲਿਊਟ ਦਾ ਡਰੰਮ ਹੈ, ਇਹ ਦੱਸਣ ਲਈ ਵੀ ਸਾਡਾ ਬੜਾ ਮਾਈਟ ਹੈ। ਹਨਾ ਇਹ ਨਹੀਂ ਦੱਸਦੇ ਵੀ ਉਹ ਸਾਰੇ ਵੈਪਨ ਵੀ ਇਹਨਾਂ ਦੇ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਸੱਦ ਕੇ ਉੱਥੇ ਦਿਖਾਉਣਾ ਹੁੰਦਾ ਔਰ ਉਸ ਕਿਸਮ ਦੀ ਜਿਹੜੀ ਹੈ ਡਰਾਮੇਬਾਜ਼ੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ। ਲੇਕਿਨ ਇਹ ਜਿਹਨੂੰ ਸ਼ੋਅ ਆਫ ਸਟਰੈਂਥ ਕਹਿੰਦੇ ਨੇ, ਲੇਕਿਨ ਇਸ ਵਾਰ ਇਹ ਸ਼ਾਇਦ ਪਹਿਲੀ ਵਾਰ ਇਹਨਾਂ ਦੇ ਵੀ ਜਿਹੜਾ ਜੇ ਪੰਜਾਬ ਦੇ ਵਿੱਚ ਇਹ ਪਹਿਲਾ ਰਿਪਬਲਿਕ ਡੇ ਸੀ ਔਰ ਹੁਣ ਇਸ ਗੱਲ ਨੂੰ ਜਿਹੜਾ 68 ਸਾਲ ਹੋ ਗਏ ਨੇ, ਇਹ ਪਹਿਲੀ ਵਾਰ ਹੀ ਹੋਏਗਾ ਕਿ ਵੀ 69ਵਾਂ ਹੋਣਾ ਜਿਹੜਾ ਨੈਕਸਟ ਈਅਰ 'ਚ, ਕਿ ਵੀ ਕਿਸੇ ਨੇ ਇੰਨੀ ਠੋਕ ਕੇ ਨਾ ਕੀਤੀ। ਔਰ ਪਿਛਲੇ ਦਿਨਾਂ 'ਚ ਜਦੋਂ ਭੈਣ ਜੀ ਅਦੀਲਾ ਨੌਰੀਨ ਨੇ ਲਿਖਿਆ ਸੀ ਕਿ ਵੀ ਮੋਦੀ ਨੇ ਜਿਹੜਾ ਇਹ ਟਰੰਪ ਨੂੰ ਜਿਹੜਾ ਉਹ ਘੁਰਕੀ ਮਾਰੀ ਹੈ, ਤਾਂ ਅਸੀਂ ਇਹ ਕਿਹਾ ਸੀ ਕਿ ਵੀ ਇਸ ਪਾਰਟ ਨਾਲ ਅਸੀਂ ਡਿਸਐਗਰੀ ਕਰਦੇ ਹਾਂ। ਉਹਨੂੰ ਕਿਹਾ ਜੀ ਵੀ ਇੱਕੋ ਵੇਲੇ ਇੰਡੀਆ ਰੂਸ ਤੋਂ ਵੀ ਜਿਹੜਾ S-400 ਡਿਵਾਈਸਿਸ ਉਹਨੇ ਲਈਆਂ ਨੇ, ਚੀਨ ਦੇ ਨਾਲ ਵੀ ਡੀਲ ਬਣਾ ਲਈ ਹੈ, ਈਰਾਨ ਦਾ ਵੀ ਤੇਲ ਜਿਹੜਾ ਪਾਬੰਦੀਆਂ ਦੇ ਬਾਵਜੂਦ ਖਰੀਦੇਗਾ, ਅਤੇ ਅਸੀਂ ਕਿਹਾ ਸੀ ਕਿ ਵੀ ਤੁਸੀਂ ਅਮਰੀਕਨ ਕਾਊਬੋਏ ਮੈਂਟੈਲਿਟੀ ਨੂੰ ਜਾਣਦੇ ਨਹੀਂ ਔਰ ਇਹ ਤੁਹਾਨੂੰ ਲੱਗ ਜਾਏਗਾ ਪਤਾ। ਸੋ ਅਜੇ ਅਗਲਾ ਪਤਾ ਤਾਂ ਲੱਗਣਾ, ਪਰ ਇਹਨੂੰ ਖੁਦ ਇੰਡੀਅਨਸ ਨੇ ਮੰਨਿਆ ਕਿ ਵੀ ਇਹ ਸਾਨੂੰ ਸਨੱਬ ਕੀਤਾ। ਔਰ ਮੈਂ ਤਾਂ ਸਗੋਂ ਜੋਕਿੰਗਲੀ ਕਿਹਾ, ਮੈਂ ਕਿਹਾ ਟਰੰਪ ਨੇ ਸਿਰਫ ਨੋ ਨਹੀਂ ਕੀਤੀ ਹੋਣੀ, ਉਹਨੇ ਕਹਿਣਾ ਯੂ ਬੈਕ ਸਟੈਬਰਸ, ਔਰ ਨਾਲ ਉਹਨੇ ਕਹਿਣਾ ਯੂ ਫਿਲਥੀ ਇੰਡੀਅਨ, ਜਿਹੜਾ ਇਹਦਾ ਸਟਾਈਲ ਹੈ। ਸੋ ਲੇਕਿਨ ਸਾਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਅਸੀਂ ਤਾਂ ਪਹਿਲਾਂ ਵੀ ਕੋਈ ਐਡਾ ਐਡਮਾਇਰ ਨਹੀਂ ਕੀਤਾ ਹੋਇਆ, ਪਰ ਜਿਹੜੇ ਉੱਥੇ ਟਰੰਪ ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਕੇ ਉਹਦੇ ਮੂੰਹ ਨੂੰ ਕੇਕ ਲਾ ਰਹੇ ਸੀ ਔਰ ਇੱਥੇ ਜਿਹੜਾ $20 million ਨਿਊਜਰਸੀ 'ਚ ਇਕੱਠਾ ਕਰਕੇ ਦਿੱਤਾ, ਅਤੇ ਉਹ ਵੀ ਕਹਿੰਦਾ ਸੀ ਆਈ ਲਾਈਕ ਹਿੰਦੂ, ਕਿ ਵੀ ਉਹਨਾਂ ਵਿਚਾਰਿਆਂ ਦਾ ਕੀ ਬਣੇਗਾ ਹੁਣ, ਉਹਦੀ ਮੂਰਤੀ ਕਿੱਥੇ ਰੱਖਣੀ ਹੈ ਉਹ ਟਰੰਪ ਦੀ, ਕਿ ਵੀ ਉਹਨੂੰ ਰੁਕਾ ਲੁਕੂ ਦੇ, ਹੁਣ ਉਹਦੇ 'ਤੇ ਲੁੱਕ ਥੱਪਣ ਨੂੰ ਜਾਣਗੇ ਕਿ ਵੀ ਨਹੀਂ ਨਹੀਂ ਇਹ ਭਗਵਾਨ ਨਹੀਂ ਹਮਾਰਾ, ਅਬ ਇਹ ਸ਼ੈਤਾਨ ਹੋ ਗਿਆ। ਸੋ ਜ਼ਾਹਰਾ ਤੌਰ ਦੇ ਉੱਤੇ ਜਿਹੜੀ ਮੀਡੀਆ ਖਬਰ ਇਹ ਹੈ ਕਿ ਵੀ US ਪ੍ਰੈਜ਼ੀਡੈਂਟ ਡੋਨਲਡ ਟਰੰਪ ਹੈਜ਼ ਟਰਨ ਡਾਊਨ ਇੰਡੀਆਜ਼ ਇਨਵੀਟੇਸ਼ਨ ਟੂ ਬੀ ਚੀਫ ਗੈਸਟ ਐਟ ਰਿਪਬਲਿਕ ਡੇ ਸੈਲੀਬ੍ਰੇਸ਼ਨ ਔਨ January 26 ਨੈਕਸਟ ਈਅਰ। ਔਰ ਇਹਨਾਂ ਦਾ ਆਪਣਾ ਐਨਾਲਿਸਿਸ ਹੀ ਹੈ, ਪਹਿਲਾਂ ਤਾਂ ਜੀ ਵੀ ਉਹ ਕਦੋਂ ਸੱਦਾ ਦਿੱਤਾ, ਕੀ ਹੋਇਆ, ਅਜੀਤ ਡੋਵਲ ਆਇਆ, ਉਹਨਾਂ ਨੇ ਕਿਹਾ ਟਰੰਪਸ ਨੋ ਇਜ਼ ਬੀਂਗ ਪ੍ਰੋਜੈਕਟਡ ਬਾਈ ਲਾਰਜ ਸੈਕਸ਼ਨਸ ਐਜ਼ ਏ ਸਨੱਬ ਐਟ ਏ ਟਾਈਮ when India has gone ahead and inked an S-400 missile agreement with Russia and continues importing oil from Iran despite threats of sanctions. ke bhi Iran to oil bhi le raha hai, S-400 bhi hai, bhi America ne e snub kita, ede koi shak nahi hai, e American way hai ya bhi get lost. aur dusre passe main ek BBC di Punjabi service dekh reha si aur e just knowledge de layi hai ke bhi ਇਹ ਕਿਵੇਂ ਆਪਣੇ ਇਸ ਰਿਪਬਲਿਕ ਡੇ ਨੂੰ ਚੂਜ਼ ਕਰਦੇ ਨੇ ਆਪਣੀ ਸਟਰੈਂਥ ਵੀ ਸ਼ੋਅ ਕਰਨ ਲਈ ਔਰ ਡਿਪਲੋਮੈਟਿਕ ਤੌਰ ਦੇ ਉੱਤੇ ਜਿਹੜੀ ਹੈ ਸਮਾਰਟਨੈਸ ਸ਼ੋਅ ਕਰਨ ਲਈ, ਕਿ 26 ਜਨਵਰੀ ਤੋਂ ਹੁਣ ਤੱਕ ਕਿਹੜੇ ਕਿਹੜੇ ਬਹੁਤੇ, ਹਰ ਸਾਲ ਦਾ ਤਾਂ ਵੇਰਵਾ ਨਹੀਂ ਹੈ ਕਿ ਵੀ ਕਿਹਨੂੰ ਕਿਹਨੂੰ ਇਹਨਾਂ ਨੇ ਇਨਵਾਈਟ ਕੀਤਾ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ
ਕਿ ਇੰਗਲੈਂਡ ਕੰਟਰੀ ਆਫ ਸ਼ਾਪਕੀਪਰਸ ਔਰ ਉਹਨਾਂ ਦਾ ਸਭ ਤੋਂ ਜ਼ਿਆਦਾ ਟ੍ਰੇਡ ਵੀ ਭਾਰਤ ਦੇ ਨਾਲ ਔਰ ਹੁਣ ਵੀ ਉਹ ਜਿਹੜੇ ਨੇ ਉਹਨਾਂ ਦੀ ਬਿਡਿੰਗ 'ਤੇ ਨੇ। ਸੋ 1959 ਦੇ ਵਿੱਚ ਜਿਹੜਾ ਰਿਪਬਲਿਕ ਡੇ ਦਾ ਮੇਨ ਗੈਸਟ ਆਫ ਆਨਰ ਸੀ ਉਹ ਐਡਿਨਬਰਾ ਦਾ ਡਿਊਕ ਆਫ ਐਡਿਨਬਰਾ ਇੰਗਲੈਂਡ ਬ੍ਰਿਟਿਸ਼, ਕਿਉਂਕਿ ਅਜੇ 9 ਸਾਲ ਪਹਿਲਾਂ ਤੁਸੀਂ ਐਲਾਨ ਕੀਤਾ ਜੀ ਸਾਡਾ ਆਪਣਾ ਮੁਲਕ ਬਣ ਗਿਆ, ਫਿਰ ਜਾ ਕੇ ਉਹਨਾਂ ਵਲੈਤੀਆਂ ਦੇ ਡਿਊਕ ਨੂੰ ਸੱਦ ਕੇ ਉਹਨੂੰ ਸਲਾਮੀਆਂ ਦੇ ਰਹੇ ਹੋ। ਫਿਰ 1961 'ਚ ਬਰਤਾਨੀਆ ਦੀ ਮਹਾਰਾਣੀ, ਹੁਣ 1959 'ਚ ਡਿਊਕ ਹੈ ਅਤੇ 1961 'ਚ ਜਿਹੜੀ ਕੁਈਨ ਹੈ ਉਹ ਚੀਫ ਗੈਸਟ ਬਣੀ ਹੋਈ ਹੈ ਰਿਪਬਲਿਕ ਡੇ 'ਤੇ, ਉਹਨੂੰ ਇਹਨਾਂ ਦੇ ਸੋਲਜਰ ਸਲੂਟ ਦੇ ਰਹੇ ਨੇ। ਫਿਰ ਇੱਥੇ ਨਹੀਂ ਬਸ ਕੀਤੀ, 1964 'ਚ ਲਾਰਡ ਮਾਊਂਟਬੈਟਨ, ਹੁਣ ਉਹੀ ਮਾਊਂਟਬੈਟਨ ਜਿਹੜਾ 1947 ਤੋਂ ਬਾਅਦ ਕਾਇਦੇ ਆਜ਼ਮ ਨੇ ਤਾਂ ਕਿਹਾ ਸੀ ਉਹ ਪਾਕਿਸਤਾਨ ਦਾ ਵੀ ਗਵਰਨਰ ਜਨਰਲ ਬਣਨਾ ਚਾਹੁੰਦਾ, ਕਿਹਾ ਨੋ, ਔਰ ਖੁਦ ਪਹਿਲੇ ਗਵਰਨਰ ਜਨਰਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਬਣੇ। ਸੋ ਇਹਨਾਂ ਨੇ ਉਹਨੂੰ ਰੱਖਿਆ, ਉਹਦਾ ਫਾਇਦਾ ਵੀ ਚੁੱਕਿਆ, ਹਾਲਾਂਕਿ ਪਾਕਿਸਤਾਨੀ ਇੰਟੈਲੈਕਚੁਅਲ ਇਹ ਸੋਚਦੇ ਨੇ ਕਿ ਵੀ ਇਸ ਦਾ ਨੁਕਸਾਨ ਵੀ ਹੋਇਆ, ਮਾਊਂਟਬੈਟਨ ਨੇ ਪੂਰਾ ਪਾਰਟੀਸਨ ਐਟੀਚਿਊਡ ਰੱਖਿਆ, ਉਹ ਭਾਵੇਂ ਰੈਡਕਲਿਫ ਲਾਈਨ ਨੂੰ ਬਦਲਣਾ ਸੀ ਜਾਂ ਈਵਨ ਕਸ਼ਮੀਰ ਦੇ ਮੁੱਦੇ 'ਤੇ ਵੀ ਜਿਹੜਾ ਮਾਊਂਟਬੈਟਨ ਦਾ ਰੋਲ ਵੀ ਹੈ, ਜਾਂ ਜਿਹਨੂੰ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਬ੍ਰਿਟਿਸ਼ ਕਲੋਨੀਅਲ ਮੈਪ ਮੇਕਿੰਗ ਔਰ ਜਿਹੜੀ ਉਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ। ਸੋ ਇਹਨਾਂ ਨੇ ਇਹਨਾਂ ਸਾਰੇ ਸਾਲਾਂ 'ਚ ਡਿਊਕ ਆਫ ਐਡਿਨਬਰਾ, ਕੁਈਨ, 1964 'ਚ ਲਾਰਡ ਮਾਊਂਟਬੈਟਨ, ਔਰ ਇਹ ਜਿਹੜਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਇਨਵਾਈਟ ਕੀਤਾ, ਮਾਰਸ਼ਲ ਟੀਟੋ, ਇਹ ਟੀਟੋ ਆਫ ਯੂਗੋਸਲਾਵੀਆ, ਹੁਣ ਤਾਂ ਯੂਗੋਸਲਾਵੀਆ ਦੇ 7 ਦੇਸ਼ ਬਣ ਗਏ। ਸੋ ਬੇਸ਼ੱਕ ਉਹ ਸਲਾਮੀ ਵੀ ਲੈਂਦਾ ਰਿਹਾ ਪਰ ਉਹ ਮੁੜ ਕੇ ਯੂਗੋਸਲਾਵੀਆ ਨਹੀਂ ਰਿਹਾ। ਫਿਰ ਅਫਗਾਨ ਬਾਦਸ਼ਾਹ ਜ਼ਾਹਿਰ ਸ਼ਾਹ, ਹੁਣ ਇਹ ਜ਼ਾਹਿਰ ਸ਼ਾਹ ਹੀ ਸੀ ਇਵੈਂਚੁਅਲੀ ਜਿਹਨੂੰ 1979 ਤੋਂ ਬਾਅਦ ਜਦੋਂ ਤਾਲਿਬਾਨ ਰਿਜੀਮ ਜਾਂ ਦੂਜਾ ਆਇਆ ਫਿਰ ਉਹ ਜ਼ਾਹਿਰ ਸ਼ਾਹ ਲੱਭਾ ਹੀ ਨਹੀਂ ਕਿਤੇ, ਐਗਜ਼ਾਈਲ 'ਚ ਸ਼ਾਇਦ ਉਹਦੀ ਡੈਥ ਹੋਈ ਹੈ। ਔਰ ਨੈਲਸਨ ਮੰਡੈਲਾ, ਉਹਨੂੰ ਵੀ ਇਨਵਾਈਟ ਕੀਤਾ। ਸਾਊਦੀ ਕਿੰਗ ਅਬਦੁੱਲਾ, ਅਮਰੀਕਾ ਦਾ ਜਿਹੜਾ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤੀਨ, ਜਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਬਰਾਕ ਓਬਾਮਾ ਆਪਣੇ ਵੀ ਗਿਆ, ਭੂਟਾਨ ਦਾ ਰਾਜਾ 2-4 ਵਾਰ, ਜਦੋਂ ਕੋਈ ਹੋਰ ਨਹੀਂ ਲੱਭਦਾ ਕੋਈ ਮੰਨਦਾ ਨਹੀਂ ਤਾਂ ਫਿਰ ਉਹ ਨੇੜੇ ਜਿਹੇ ਭੂਟਾਨ ਉਹਨੂੰ ਕਹਿੰਦਾ ਚਲੋ ਹੁਣ ਕਿਸੇ ਨੂੰ ਤਾਂ ਸਲਾਮੀ ਦੇਣੀ ਹੈ, ਵੈਸੇ ਤਾਂ ਊਂ ਉੱਥੇ ਸ਼ਿਵਲਿੰਗ ਰੱਖ ਲੈਣ ਸਲਾਮੀ ਦੇਣੀ ਹੈ ਉਹਨੂੰ, ਉਹ ਤਾਂ ਹੁਣ ਅੱਜ ਕੱਲ੍ਹ ਬੜੀ ਚਰਚਾ ਹੈ। ਸ਼ਸ਼ੀ ਕੀ ਨਾਂ ਉਹਦਾ, ਸ਼ਸ਼ੀ ਥਰੂਰ, ਉਹਨੇ ਕਿਸੇ RSS ਵਰਕਰ ਨੂੰ ਕੋਟ ਕਰਕੇ ਉਹਨੇ ਕਿਹਾ, ਉਹਦੀ ਕਿਤਾਬ ਵੀ ਕਾ ਰਹੀ ਹੈ, ਉਹਨੇ ਕਿਹਾ ਜੀ ਇਹ ਮੋਦੀ ਨੂੰ ਈਵਨ RSS ਵੀ ਇਹ ਸਮਝਦਾ ਹੈ ਵੀ ਇਹ ਸ਼ਿਵਲਿੰਗ ਦੇ ਉੱਤੇ ਬੈਠਾ ਸੱਪ ਹੈ। ਉਹ ਕਹਿੰਦੇ ਕਿ ਜੇ ਉਹਨੂੰ ਹੱਥ ਨਾਲ ਲੈਣਾ ਚਾਹੋ ਤਾਂ ਡੰਗ ਮਾਰੇਗਾ, ਜੇ ਜੁੱਤੀ ਮਾਰੋਗੇ ਤਾਂ ਸ਼ਿਵਲਿੰਗ ਦੇ ਵੀ ਵੱਜੇਗੀ, ਕਿ ਵੀ ਉਹਨੇ ਸ਼ਿਵਲਿੰਗ ਨੂੰ ਕੋਟ ਕੇ ਉੱਤੇ ਆ ਕੇ ਬਹਿ ਗਿਆ ਸੱਪ ਹੈ। ਸੋ ਜ਼ਾਹਰਾ ਤੌਰ 'ਤੇ ਜੇ ਉਹਨਾਂ ਨੂੰ ਕੋਈ ਨਹੀਂ ਮਿਲਦਾ, ਹੁਣ ਟਰੰਪ ਨਹੀਂ ਹੈ ਤਾਂ ਕੋਈ ਗੱਲ ਨਹੀਂ ਹੈ, ਸ਼ਿਵਲਿੰਗ ਨੂੰ ਵੀ ਤਾਂ ਜਿੱਥੇ ਮੱਥਾ ਟੇਕਦੇ ਨੇ ਉੱਥੇ, ਹੁਣ ਹਿੰਦੂਤਵਾ 'ਚ ਤਾਂ ਵੈਸੇ ਇਹਨਾਂ ਨੂੰ ਬੰਦੇ ਨੂੰ ਕਰਨਾ ਵੀ ਨਹੀਂ ਚਾਹੀਦਾ, ਇਹਨਾਂ ਦੇ ਤਾਂ ਲੈ ਦੇ ਕੇ ਫਿਰ ਇੱਥੇ ਹੀ ਹੁੰਦਾ ਵੀ ਉਸ ਨੂੰ ਹੀ ਕਰਨ। ਫਿਰ ਨੇਪਾਲ, ਹੁਣ ਜਿਹੜਾ ਕਿ ਚੀਨ ਦੇ ਔਰਬਿਟ 'ਚ ਹੈ, ਉਹਦੇ 2 ਵਾਰੀ ਉਹਦਾ ਨੇਪਾਲ ਦਾ ਰਾਜਾ ਜਿਹੜਾ ਰਿਹਾ, ਸ਼੍ਰੀਲੰਕਾ ਦਾ ਪ੍ਰਧਾਨ ਮੰਤਰੀ 2 ਵਾਰ, ਔਰ ਮਾਲਦੀਵ ਜਿਹੜਾ ਹੁਣ ਇਹਨਾਂ ਦੇ ਹੱਥੋਂ ਨਿਕਲ ਕੇ ਜਿਹੜਾ ਉਹ ਦੂਜੇ ਪਾਸੇ ਸੀ, ਹੁਣ ਉੱਥੇ ਦੁਬਾਰਾ ਚੋਣਾਂ ਹੋਈਆਂ ਨੇ, ਉਹਨਾਂ ਦਾ ਵੀ ਮਹਿਮਾਨ ਬਣਿਆ। ਲੇਕਿਨ ਇਹ ਦੇਖੋ ਵੀ ਬੰਗਲਾਦੇਸ਼, ਜਿਹਦੇ ਨਾਲ ਇੰਨੀ ਦੋਸਤੀ ਜਾਂ ਇੰਨਾ ਹੈ, ਫੌਜ ਭੇਜ ਕੇ ਬਣਾਇਆ, ਹੁਣ ਇਹੀ ਹੈ ਨਾ ਵੀ ਉਹ ਹੁਣ ਕਿਹਨੂੰ ਵਿਚਾਰੇ ਗਰੀਬ ਨਾਲ ਕੌਣ, ਹਾਲਾਂਕਿ ਇੰਨਾ ਨਹੀਂ ਹੈ ਬੰਗਲਾਦੇਸ਼ ਦੀ ਇਕੋਨਮੀ ਜਾਂ ਦੂਜੇ 'ਚ, ਪਰ ਬੰਗਲਾਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਨਹੀਂ ਸੱਦਿਆ ਕਦੇ, ਉਹ ਤਾਂ ਵਿਚਾਰੇ ਹੁਣ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਸੈਕਟਰੀ ਜਥਾ ਜਿਹੜਾ ਉਹ ਆਇਆ ਸੀ,
ਉਹਨਾਂ ਨੂੰ ਇੰਟਰੋਡਿਊਸ ਕਰਵਾਉਣ ਲੱਗੇ, ਕਹਿਣ ਲੱਗੇ ਜੀ ਸਾਧ ਸੰਗਤ ਜੀ ਹੁਣ ਤੁਹਾਡੇ ਸਾਹਮਣੇ ਗਿਆਨੀ ਗੁਰਬਚਨ ਸਿੰਘ ਬੰਗਲਾਦੇਸ਼ ਵਾਲੇ ਕੀਰਤਨ ਕਰਨਗੇ। ਉਹ ਜਥਾ ਬੈਠਦੇ ਆ ਬੇਚਾਰੇ ਹੱਥ ਜੋੜ ਕੇ ਕਹਿੰਦੇ ਸਾਧ ਸੰਗਤ ਜੀ ਅਸੀਂ ਬੰਗਲਾਦੇਸ਼ ਤੋਂ ਨਹੀਂ ਆਏ, ਅਸੀਂ ਬੰਗਲਾ ਸਾਹਿਬ ਤੋਂ ਆਏ। ਉਹਨਾਂ ਨੂੰ ਲੱਗਿਆ ਵੀ ਇਹ ਕਿੱਥੇ ਸਾਨੂੰ ਗਰੀਬੀ ਪਈ, ਸਾਡੀ ਕਿਤੇ ਗਰੀਬੀ ਦਾ ਮਜ਼ਾਕ ਉਡਾਇਆ ਇਹਨੇ ਕਿ ਬੰਗਲਾਦੇਸ਼ ਤੋਂ ਆਏ। ਸੋ ਇਹਨਾਂ ਨੇ 1971 ਦਾ ਬੰਗਲਾਦੇਸ਼ ਬਣਿਆ ਪਰ ਉਹਨੂੰ ਕਦੇ ਮੌਕਾ ਨਹੀਂ ਦਿੱਤਾ। ਔਰ ਫਰਾਂਸ ਜਿਸ ਤੋਂ ਸੌਦਾ ਲੈਂਦੇ ਨੇ ਔਰ ਜਿਹਦੇ ਨਾਲ ਹੁਣ ਰਾਫੇਲ ਡੀਲ ਜਿਹੜੀ ਸਾਰੀ ਅਨਿਲ ਅੰਬਾਨੀ ਨੂੰ ਦਵਾਈ ਹੈ, ਉਹਦਾ ਹੈੱਡ ਜਿਹੜਾ ਉਹ 4 ਵਾਰ ਜਿਹੜਾ ਉਹ ਇਸ ਦੇ ਵਿੱਚ ਆਇਆ। ਇੱਕ ਵਾਰੀ ਪ੍ਰਧਾਨ ਮੰਤਰੀ ਜ਼ਾਕ ਸ਼ਿਰਾਕ, ਪਹਿਲਾਂ ਪ੍ਰਧਾਨ ਮੰਤਰੀ ਦੀ ਹੈਸੀਅਤ, ਫਿਰ ਰਾਸ਼ਟਰਪਤੀ ਦੀ ਹੈਸੀਅਤ, ਔਰ ਹੁਣ ਹਾਲਾਂਕਿ ਪਿਛਲੇ ਦੇ ਮੌਕੇ ਜਿਹੜਾ ਉਹ ਆਇਆ ਸੀ ਮਿਸਟਰ, ਜਿਸ ਦੇ ਨਾਲ ਇਹਨਾਂ ਨੇ ਉਹਨੇ ਪੂਰਾ ਭਾਂਡਾ ਫੋੜਿਆ ਇਹਦਾ ਮੋਦੀ ਦਾ, ਕਿ ਵੀ ਉਹਨੇ ਹੀ ਕਿਹਾ ਕਿ ਵੀ ਇਹਨੂੰ ਦਿਓ ਅਨਿਲ ਅੰਬਾਨੀ ਨੂੰ। ਔਰ ਮਿਸਟਰ ਓਲਾਂਦ, ਫਰਾਂਸਵਾ ਓਲਾਂਦ, ਉਹ 1916 ਦੇ ਵਿੱਚ ਰਿਪਬਲਿਕ ਡੇ ਮੌਕੇ ਦੇ ਉੱਤੇ ਮੋਦੀ ਦੇ ਖਾਸ ਮਹਿਮਾਨ ਸੀ ਉੱਥੇ ਰਿਪਬਲਿਕ ਡੇ। ਅਤੇ ਇੱਕ ਗੱਲ ਜਿਹੜੀ ਮੇਰੇ ਲਈ ਵੀ ਦਿਲਚਸਪੀ ਦੀ ਸੀ ਕਿਉਂਕਿ ਵੀ ਲਰਨ ਐਵਰੀ ਡੇ, ਹੁਣ ਤਾਂ ਪਾਕਿਸਤਾਨ ਦੇ ਨਾਲ ਇਹਨਾਂ ਨੇ ਕਿਹੋ ਜਿਹੀ ਰਿਲੇਸ਼ਨਸ਼ਿਪ ਬਣਾਤੀ ਹੈ ਕਿ ਵੀ ਨਫ਼ਰਤ 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 ਔਰ ਫੇਲਡ ਸਟੇਟ, ਦਹਿਸ਼ਤਗਰਦ ਸਟੇਟ। ਪਰ ਮੈਂ ਸਮਝਦਾ ਵੀ ਇਨੀਸ਼ੀਅਲੀ ਭਾਵੇਂ ਕਸ਼ਮੀਰ ਇਸ਼ੂ 1947 ਤੋਂ ਹੀ ਖਲੋ ਗਿਆ ਹੈ, ਇੰਡੀਆ ਹੀ ਸੀ ਜਿਹੜਾ ਯੂਐਨ ਸਿਕਿਉਰਿਟੀ ਕੌਂਸਲ 'ਚ ਗਿਆ, ਇਹਦੇ ਬਾਵਜੂਦ ਉਹਨਾਂ ਨੇ ਉਹਦੇ ਮਤੇ ਨਹੀਂ ਮੰਨੇ। ਪਰ ਕਿਤੇ ਨਾ ਕਿਤੇ ਪਹਿਲੇ ਨਹਿਰੂ ਦੇ ਪੀਰੀਅਡ 'ਚ ਇਹ ਉਹਨਾਂ ਨੂੰ ਵਿਜਡਮ ਕਿਤੇ ਨਾ ਕਿਤੇ ਨਜ਼ਰ ਆਉਂਦੀ ਸੀ ਕਿ ਪਾਕਿਸਤਾਨ ਦੇ ਨਾਲ ਸਾਨੂੰ ਅਲਟੀਮੇਟਲੀ ਹੁਣ ਸਾਡਾ ਗੁਆਂਢੀ ਹੈ, ਸਾਨੂੰ ਕੋ ਐਗਜ਼ਿਸਟ ਕਰਨਾ ਪਏਗਾ। ਔਰ 1947 ਤੋਂ ਇਕਦਮ ਬਾਅਦ ਅਸੀਂ ਦੇਖਦੇ ਹਾਂ 8 ਸਾਲ ਹੀ ਹੋਏ ਨੇ, ਜਿਹੜੀ ਰਿਪਬਲਿਕ ਡੇ ਪੈਰੇਡ ਸੀ ਇੰਡੀਆ ਦੀ, ਉਹਦੇ 'ਚ ਪਾਕਿਸਤਾਨ ਦੇ ਗਵਰਨਰ ਜਨਰਲ ਗੁਲਾਮ ਮੁਹੰਮਦ ਉਹ ਗੈਸਟ ਆਫ ਆਨਰ ਸੀ। ਹੁਣ ਇਹ ਛੋਟੀ ਗੱਲ ਨਹੀਂ ਹੈ ਕਿ ਜੇ 1955 'ਚ ਈਵਨ 8 ਸਾਲ ਦੇ ਬਾਅਦ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਜਿਹੜਾ ਹੈ ਔਰ ਇੱਕ ਡੇਰਿੰਗ ਸਟੈਪ ਹੋਏਗਾ ਉਸ ਵੇਲੇ ਇਨਵਾਈਟ ਕਰਨਾ। ਫਿਰ ਇਕੱਲਾ ਇਹੀ ਨਹੀਂ, ਜਨਵਰੀ 19 ਕੇ ਸਾਰੇ ਹੁਣ ਤੱਕ ਜਿੰਨੇ ਇਹਨਾਂ ਦੇ ਮੋਸਟਲੀ ਨੇ ਪ੍ਰਾਈਮ ਮਿਨਿਸਟਰ ਔਰ ਪ੍ਰੈਜ਼ੀਡੈਂਟ ਹੁੰਦੇ ਨੇ, ਪਰ ਜਨਵਰੀ 1965 ਦੀ ਰਿਪਬਲਿਕ ਡੇ ਪੈਰੇਡ ਦੇ ਵਿੱਚ ਪਾਕਿਸਤਾਨ ਦੇ ਖੇਤੀਬਾੜੀ ਮੰਤਰੀ ਅਬਦੁਲ ਹਮੀਦ ਜਿਹੜੇ ਨੇ ਉਹ ਗੈਸਟ ਆਫ ਆਨਰ ਸੀ। ਸੋ ਮਤਲਬ 65 ਦੇ ਵਿੱਚ ਪਹਿਲਾਂ ਜਿਹੜਾ 1955 'ਚ ਜਿਹੜੇ ਉਹਨਾਂ ਦਾ ਗਵਰਨਰ ਜਨਰਲ, 1965 'ਚ ਉਹਨਾਂ ਦਾ ਖੇਤੀਬਾੜੀ ਮੰਤਰੀ ਅਬਦੁਲ ਹਮੀਦ ਵੀ ਸੀ। ਵੈਸੇ ਅਸੀਂ ਇਹ ਸਮਝਦੇ ਹਾਂ ਕਿ ਵੀ ਜੇ ਮੋਦੀ ਨੂੰ ਕੋਈ ਨਹੀਂ ਮਿਲਦਾ ਔਰ ਸ਼ਾਇਦ ਪੰਡਿਤ ਉਹਨਾਂ ਨੂੰ ਸ਼ਿਵਲਿੰਗ ਨਾ ਰੱਖਣ ਦੇਣ ਕਿਉਂਕਿ ਉਹਦੀ ਫਿਰ ਪੂਜਾ ਕਰਨ ਜਾਂ ਉਹਨਾਂ ਦੀ ਬਹੁਤ ਵੱਡੀ ਦਕਸ਼ਣਾ ਹੁੰਦੀ ਹੈ, ਤਾਂ ਫਿਰ ਕਿਆ ਚੰਗਾ ਹੋਏ ਮੋਦੀ ਇਮਰਾਨ ਖਾਨ ਨੂੰ ਇਨਵਾਈਟ ਕਰੇ ਰਿਪਬਲਿਕ ਡੇ ਦੇ ਉੱਤੇ ਔਰ ਸਾਰੀ ਦੋਸਤੀ ਦੋਸਤੀ ਹੋ ਜਾਏ, ਉਹ ਵੀ ਆ ਕੇ ਇਮਰਾਨ ਖਾਨ ਸਾਹਿਬ ਵੀ ਖੁਸ਼ ਹੋਣਗੇ, ਉਹ ਵੀ ਪੂਰਾ ਜਿਹੜਾ ਉਹ ਪੂਰਾ ਆਪਣਾ ਦੇਣਗੇ, ਪੋਜ਼ਿਟਿਵ ਰਿਸਪੌਂਸ ਦੇਣਗੇ ਜਿਸ ਤਰ੍ਹਾਂ ਨੇ ਪਹਿਲਾਂ ਜਦੋਂ। ਪਰ ਉਹ ਫਿਰ ਗੱਲ ਤਾਂ ਫਿਰ ਉਹੀ ਆ ਨਾਲ ਦੀ ਨਾਲ ਅਖਾਣ ਇਹ ਯਾਦ ਆ ਜਾਂਦਾ ਕਿ ਉਹ ਕਹੇ ਨੱਥ ਕਢਾਉਣ ਨੂੰ, ਉਹ ਫਿਰ ਨੱਕ ਵਢਾਉਣ ਨੂੰ। ਉਹ ਤਾਂ ਅਸੀਂ ਇੱਕ ਸੈਗਮੈਂਟ 'ਚ ਰੱਖਿਆ ਕਿ ਵੀ ਅਸੀਂ ਜੀ ਪਾਕਿਸਤਾਨੀ ਫੌਜ ਦੇ ਆਜ਼ਾਦ ਕਸ਼ਮੀਰ ਜਿਹਨੂੰ ਪਾਕਿਸਤਾਨ ਓਕੂਪਾਈਡ ਕਸ਼ਮੀਰ ਉਹਦੇ 'ਚ ਹੈੱਡਕੁਆਰਟਰ 'ਤੇ ਹਮਲਾ ਕਰਤਾ,
ਹੁਣ ਜੇ ਤੁਸੀਂ ਫੇਕ ਨਿਊਜ਼ ਹੀ ਬਣਾਉਣੀ ਹੈ ਤਾਂ ਜ਼ਰਾ ਚੰਗੀ ਬਣਾਓ, ਚੰਗੀ ਬਣਾਓ, ਚੰਗੀ ਬਣਾ ਰਹੇ ਜੀ ਡਾਕਟਰ ਸਾਹਿਬ। ਇਸ ਸਭ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ, ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰ ਦਈਏ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.TV 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਵਨ ਟਾਈਮ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਨਿਊ ਲੋਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।